ਦੇਸ਼ ਦੇ ਜਿਹੜੇ ਸ਼ਹੀਦ ਲੋਕ ਹੈ ਜਿਨ੍ਹਾਂ ਨੇ ਸਿਰਫ ਇਸ ਲਈ ਕਿ ਅਸੀਂ ਆਜ਼ਾਦੀ ਦੀ ਹਵਾ ਦੇ ਵਿੱਚ ਸਾਹ ਲੈ ਸਕੀਏ, ਸਾਡੇ ਲਈ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ, ਫਾਂਸੀ ਦੇ ਫੰਦੇ ਚੁੰਮ ਕੇ ਆਪਣੇ ਆਪਣੇ ਗਲੇ 'ਚ ਪਾਏ ਅਤੇ ਜਿਹੜੇ ਸ਼ਹੀਦ ਹੋ ਗਏ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ। ਜੇ ਅਸੀਂ ਉਹਨਾਂ ਦਾ ਸਨਮਾਨ ਨਹੀਂ ਕਰ ਪਾਵਾਂਗੇ ਤਾਂ ਇਹ ਦੇਸ਼, ਇਸ ਦੇਸ਼ ਦੀ ਜਿਹੜੀ ਕੌਮ ਹੈ ਉਹ ਜਿੰਦਾ ਨਹੀਂ ਰਹਿ ਪਾਏਗੀ, ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੇਗੀ। ਕਿਸੇ ਕਵੀ ਨੇ ਕਿਹਾ ਸੀ, ਸ਼ਹੀਦੋਂ ਕੀ ਚਿਤਾਓਂ ਪਰ ਲੱਗੇਗੇ ਹਰ ਬਰਸ ਮੇਲੇ, ਵਤਨ ਪੇ ਮਰਨੇ ਵਾਲੋਂ ਕਾ ਜਿਹੀ ਬਾਕੀ ਨਿਸ਼ਾਨ ਹੋਗਾ। ਦੇਖੋ, ਮੇਲੇ ਲਗਾਉਣ ਦੀ ਤਾਂ ਗੱਲ ਬੜੀ ਦੂਰ ਦੀ ਆ ਕਿ ਮੇਲੇ ਲੱਗਣ, ਉੱਥੇ ਲੋਕ ਉਹਨਾਂ ਨੂੰ ਯਾਦ ਕਰਨ, ਉਹਨਾਂ ਦੀ ਜਨਮ ਸ਼ਤਾਬਦੀ ਦੇ ਆਉਣ, ਮਿਲਣ ਗਿਲਣ ਇੱਕ ਦੂਜੇ ਨਾਲ, ਉਹਨਾਂ ਦੇ ਵਿਚਾਰ ਸੁਣਨ। ਲੇਕਿਨ ਹਾਲਾਤ ਅੱਜ ਕੱਲ੍ਹ ਐਸੇ ਹੋ ਗਏ ਹੈ, ਪਠਾਨਕੋਟ ਸ਼ਹਿਰ ਦੀ ਜੇ ਮੈਂ ਗੱਲ ਕਰਾਂ ਤਾਂ ਇੱਕ ਚੌਂਕ ਹੈ ਭਗਤ ਸਿੰਘ ਚੌਂਕ, ਜਿੱਥੇ ਭਗਤ ਸਿੰਘ ਦੀ ਮੂਰਤੀ ਲਗਾਈ ਗਈ ਹੈ। ਜਿਹੜਾ ਜਾ ਕੇ ਨਜ਼ਰ ਮਾਰ ਕੇ ਦੇਖੋ, ਮੂਰਤੀ ਤਾਂ ਉਹਨਾਂ ਨੇ ਲਗਾ ਤੀ, ਕਿਸੇ ਲੀਡਰ ਨੇ ਲਗਾ ਤੀ ਜਾਂ ਕਿਸੇ ਹੋਰ ਸੰਸਥਾ ਨੇ ਲਗਾ ਤੀ, ਲੇਕਿਨ ਅੱਜ ਉਸਦੇ ਹਾਲਾਤ ਕੀ ਹੈ? ਜਗ੍ਹਾ ਜਗ੍ਹਾ ਦਲੇਰਾਂ ਆਈਆਂ ਹੋਈਆਂ, ਭਗਤ ਸਿੰਘ ਦੀ ਜਿਹੜੀ ਮੂਰਤੀ ਹੈ ਉਹ ਵੀ ਟੁੱਟਣ ਦੇ ਕਗਾਰ 'ਤੇ ਆਈ ਹੋਈ ਆ, ਉਹਦੀ ਸੰਭਾਲ ਕੌਣ ਕਰੇਗਾ? ਅਸੀਂ ਦੂਸਰੇ ਬੰਨੇ ਦੇਖੀਏ, ਪਠਾਨਕੋਟ ਸ਼ਹਿਰ ਦੇ ਵਿੱਚ ਇੱਕ ਚਿਲਡਰਨ ਪਾਰਕ ਹੈ, ਚਿਲਡਰਨ ਪਾਰਕ ਦੇ ਵਿੱਚ ਇੱਕ ਸ਼ਹੀਦੀ ਸਮਾਰਕ ਬਣਾਤਾ ਗਿਆ। ਸ਼ਹੀਦੀ ਸਮਾਰਕ ਮਤਲਬ ਉਹ ਲੋਕ, ਉਹਨਾਂ ਦਾ ਸਮਾਰਕ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੇ ਆਪਣੀਆਂ ਸ਼ਹੀਦੀਆਂ ਦਿੱਤੀਆਂ। ਅੱਜ ਉਹ ਜਿਹੜੀ ਬੰਦੂਕ ਉੱਥੇ ਉਹਨਾਂ ਲਾਈ ਸੀ, ਉਹ ਬੰਦੂਕ ਵੀ ਅੱਧੀ ਰਹਿ ਗਈ ਅਤੇ ਅੱਧੀ ਲੋਕ ਚੁੱਕ ਕੇ ਲੈ ਗਏ ਆ। ਉਹ ਸਮਾਰਕ ਟੁੱਟਾ ਭੱਜਿਆ ਹੈ, ਇਸ ਦੀ ਸੰਭਾਲ ਕੌਣ ਕਰੇਗਾ? ਗਾਂਧੀ ਚੌਂਕ ਦੇ ਵਿੱਚ ਗਾਂਧੀ ਜੀ ਦਾ ਬੁੱਤ ਹੈ, ਉਹ ਮੈਨੂੰ ਲੱਗਦਾ ਇਸ ਸਾਲ ਦੇ ਵਿੱਚ ਸ਼ਾਇਦ ਦੋ ਵਾਰੀ ਉਹਨੂੰ ਸਾਫ਼ ਸਫਾਈ ਕਰਦੇ ਆ, ਅਦਰਵਾਈਜ਼ ਉਹਦੇ ਵੱਲ ਕੋਈ ਨਜ਼ਰ ਵੀ ਨਹੀਂ ਮਾਰਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਦੇਖਣ ਵਾਲੀਆਂ ਹੈ, ਇਹ ਸਾਡੇ ਲਈ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅਸੀਂ ਇੱਧਰ ਧਿਆਨ ਨਹੀਂ ਕਰਦੇ। ਮੇਰੀ ਗੁਜ਼ਾਰਿਸ਼ ਪੂਰੇ ਸਮਾਜ ਦੇ ਅੱਗੇ ਅਤੇ ਐਡਮਿਨਿਸਟ੍ਰੇਸ਼ਨ ਦੇ ਅੱਗੇ ਅਤੇ ਸਰਕਾਰ ਦੇ ਅੱਗੇ ਹੈ ਕਿ ਇਸ ਦੇ ਵੱਲ ਥੋੜ੍ਹਾ ਜਿਹਾ ਧਿਆਨ ਕਰਨ, ਕੁਛ ਇਸ ਤਰ੍ਹਾਂ ਦਾ ਵਾਤਾਵਰਣ ਬਣਾਉਣ ਜਾਂ ਇਸ ਤਰ੍ਹਾਂ ਦੀ ਵਿਵਸਥਾ ਬਣਾਉਣ ਤਾਂ ਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਪ੍ਰੇਰਣਾ ਦਾ ਸਰੋਤਰ ਬਣਨ ਅਤੇ ਇਹ ਅਗਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨਾਂ ਨੂੰ ਜਾਣਕਾਰੀ ਮਿਲੇ ਕਿ ਸਾਡੇ ਸ਼ਹੀਦ ਕੌਣ ਸੀ ਅਤੇ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤ ਕੀਤੀ। ਮੈਂ ਇਹ ਕਹਿਣਾ ਚਾਹੁੰਦਾ, ਜਦੋਂ ਕਮੇਟੀਆਂ ਮਤਲਬ ਇੱਕ ਪੈਸੇ ਦੀ ਅਲੋਟਮੈਂਟ ਕਰਦੇ ਨੇ, ਜਿੱਦਾਂ ਸਾਡੇ ਕੋਲ 5-7 ਪਾਰਕ ਨੇ, 8 ਪਾਰਕ ਨੇ ਪਠਾਨਕੋਟ ਦੇ ਵਿੱਚ, ਉਹਨਾਂ ਦੇ ਜਿਨ੍ਹਾਂ ਪਾਰਕ ਬਣਵਾਏ ਨੇ ਉਹਨਾਂ ਦੀ ਮੈਂਟੇਨੈਂਸ ਕਮੇਟੀ ਦਾ ਜ਼ਿੰਮੇਵਾਰੀ ਹੈ, ਪਲੱਸ ਜਿਹੜੇ ਸਟੈਚੂ ਬਣੇ ਨੇ ਉਹਨਾਂ ਦੀ ਦੇਖ ਰੇਖ ਕਰਨ ਦੀ ਜ਼ਿੰਮੇਵਾਰੀ ਵੀ ਕਮੇਟੀ ਦੀ ਹੈ। ਸਰ, ਜੇ ਗੱਲ ਕਰੀਏ ਕਈ ਜਗ੍ਹਾ 'ਤੇ ਜਿਹੜੇ ਆ ਸ਼ਹੀਦਾਂ ਦੇ ਜਿਹੜੇ ਗੇਟ ਵੀ ਬਣਾਏ ਹੋਏ ਨੇ, ਉਹ ਵੀ ਕਿਤੇ ਨਾ ਕਿਤੇ ਖੰਡਿਤ ਹੈਗੇ ਆ, ਕੀ ਕਹਿਣਾ? ਹਾਂ, ਉਹਨਾਂ ਦੀ ਜ਼ਿੰਮੇਵਾਰੀ ਕਮੇਟੀ ਜਿਨ੍ਹਾਂ ਬਣਾਈ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਮੇਨਟੇਨੈਂਸ ਕਰਨ, ਉਹਨਾਂ ਦੇ ਜੋ ਵੀ ਉਹਨਾਂ ਨੇ ਆਪਣੇ ਫੰਡ ਰੱਖੇ ਨੇ ਉਹ ਫੰਡ ਯੂਜ਼ ਕਰਨ, ਕਿਉਂਕਿ ਫੰਡ ਜਿਹੜੇ ਆਉਂਦੇ ਨੇ ਉਹ ਯੂਜ਼ ਨਹੀਂ ਕਰਦੇ, ਅਤੇ ਇਸ ਕਾਰਨ ਉਹਨਾਂ ਦੇ ਇਹ ਬਦਹਾਲੀ ਦਾ ਕਾਰਨ ਜਿਹੜਾ ਨਾ ਮਤਲਬ ਫੰਡ ਨਹੀਂ ਆਉਣ ਦੇ ਕਾਰਨ ਹੈ ਜਾਂ ਫੰਡ ਦਾ ਮਿਸਯੂਜ਼ ਕਰਨ ਦੇ ਲਾਪਰਵਾਹੀ। ਕਿ ਪਾਰਕਾਂ ਦੇ ਵਿੱਚ ਜਾਂ ਰੋਡਾਂ ਦੇ ਉੱਪਰ ਜਿਸ ਤਰ੍ਹਾਂ ਭਗਤ ਸਿੰਘ ਦੀ ਮੂਰਤੀ ਹੋ ਗਈ ਜਾਂ ਕੋਈ ਫੌਜ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਮੂਰਤੀ ਹੋ ਗਈ, ਉਹ ਖੰਡਿਤ ਹੋ ਜਾਂਦੀ ਹੈ, ਕੀ ਕਹਿਣਾ ਉਹਦੇ ਬਾਰੇ? ਗੱਲ ਇਹ ਹੈ ਜੀ, ਪਹਿਲੀ ਗੱਲ ਤਾਂ ਹੈ ਵੀ ਜਿਹੜੀ ਮੂਰਤੀਆਂ ਬਣਦੀਆਂ ਇਹ ਸਾਡੇ ਲੀਡਰ ਬਣਵਾਉਂਦੇ ਆ ਜਿਹੜੇ ਕਿ ਜਿੱਤ ਕੇ ਆਉਂਦੇ ਆ, ਉਹ ਵੀ ਬਣਵਾਉਂਦੇ ਤਾਂ ਹੈ ਵੀ ਉਹਨਾਂ ਦਾ ਨਾਂ ਹੋਵੇ, ਆਪਣਾ ਨਾਂ ਕਰਨ ਵਾਸਤੇ ਉਹ ਫੀਤਾ ਵੀ ਕੱਢਦੇ ਆ, ਆਪਣਾ ਨਾਂ ਵੀ ਕਰਦੇ ਆ। ਮਗਰ ਗੱਲ ਇਹ ਹੈ, ਇਹ ਇੱਕ ਗੱਲ ਹੋਰ ਹੈ ਵੀ ਇਹ ਲੀਡਰ ਨਹੀਂ ਬਣਾਉਂਦਾ, ਇਹ ਇੱਕ ਸੰਸਥਾ ਬਣਾਉਂਦੀ ਹੈ ਜਾਂ ਕਮੇਟੀ ਬਣਾਉਂਦੀ ਹੈ। ਅਮੂਮਨ ਸਾਰੇ ਜਗ੍ਹਾ 'ਤੇ ਦੇਖਣ 'ਚ ਆਇਆ ਵੀ ਕਮੇਟੀ ਹੀ ਬਣਾਉਂਦੀ ਹੈ, ਇਹਦੀ ਜਿਹੜੀ ਦੇਖ ਰੇਖ ਬਾਅਦ ਦੇ ਵਿੱਚ
ਕਿਉਂਕਿ ਉਹ ਲੀਡਰ ਨੇ ਤਾਂ 2 ਸਾਲ ਰਹਿਣਾ, 3 ਸਾਲ ਰਹਿਣਾ, 5 ਸਾਲ ਰਹਿਣਾ, ਉਹਦੇ ਬਾਅਦ ਚਲੇ ਜਾਣਾ। ਮਗਰ ਕਮੇਟੀ ਨੇ ਜਿਹੜਾ ਆ ਉਹ ਸਦਾ ਹੀ ਰਹਿਣਾ, ਉਹਦੇ ਕਮੇਟੀ ਨੇ ਬਣਵਾਈ ਹੈ, ਕਮੇਟੀ ਦੀ ਚੀਜ਼ ਹੁੰਦੀ ਹੈ, ਕਮੇਟੀ ਨੂੰ ਚਾਹੀਦਾ ਇਹਦੀ ਦੇਖ ਰੇਖ ਕਰੇ।